ਚਲ ਗਈ ਸੀ ਉੱਥੇ ਉਸਨੇ ਮੱਥਾ ਟੇਕ ਕੇ ਛੋਟੇ ਦਰਵਾਜ਼ੇ ਰਾਹੀਂ ਬਾਹਰ ਨਿਕਲਣ ਲੱਗੀ। ਉੱਥੇ ਚੰਦੂ ਨਾਂ ਦਾ ਮੁੰਡਾ ਸੀ ਜਿਹਨੇ ਮੈਨੂੰ ਫੜ ਕੇ ਮੇਰਾ ਗਲਾ ਗੁਲਾ ਕੁੱਟਿਆ ਅਤੇ ਮੂੰਹ 'ਤੇ ਚੁੰਨੀ ਦੇ ਕੇ ਮੈਨੂੰ ਕੁੱਟਿਆ ਅਤੇ ਜ਼ਬਰਦਸਤੀ ਖਾਣ ਲੱਗ ਪਿਆ। ਮੀਨ ਮੈਂ ਕੱਪੜੇ ਕੁੱਪੜੇ ਖਿੱਚੇ, ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਈ ਅਤੇ ਮੈਨੂੰ ਪਤਾ ਨਹੀਂ ਕੀ ਕੀਤਾ ਉਹਨੇ ਮੇਰੇ ਨਾਲ। ਉਸ ਤੋਂ ਬਾਅਦ ਮੈਨੂੰ ਕੁਛ ਪਤਾ ਨਹੀਂ ਗਿਆ। ਦਿਨ ਬੱਚੇ ਨਾਲ ਉੱਥੇ ਗੁੱਡੀ ਮੱਥਾ ਟੇਕਣ ਗਈ ਸੀ, 13 ਸਾਲ ਦੀ ਗੁੱਡੀ ਹੈ, ਅਤੇ ਚੰਦੂ ਨਾਂ ਦੇ ਵਿਅਕਤੀ ਨੇ ਉਸਦਾ ਮੂੰਹ ਘੁੱਟਿਆ, ਘੁੱਟ ਕੇ ਅੰਦਰ ਲੈ ਗਿਆ ਅਤੇ ਉਸਨੂੰ ਬੇਗਵਾਹ ਕਰ ਲਿਆ। ਅਤੇ ਉਸ ਤੋਂ ਬਾਅਦ ਜਦੋਂ ਬੱਚੇ ਸਾਡੇ ਘਰ ਗਏ ਅਤੇ ਮੈਂ ਅੱਧੀ ਰਾਤ ਦਾ ਹਨੇਰਾ ਸੀਗਾ, ਉਸ ਟਾਈਮ ਆ ਕੇ ਅਤੇ ਫਿਰ ਮੁੜ ਕੇ ਉਸਨੂੰ ਬੈਟਰੀਆਂ ਮਾਰ ਮਾਰ ਦੇਖਿਆ, ਅਤੇ ਜਦੋਂ ਅਸੀਂ ਅੰਦਰੋਂ ਬੜੇ ਅਤੇ ਚੰਦੂ ਨਾਂ ਦੇ ਵਿਅਕਤੀ ਨੇ ਸਾਡੀ ਲੜਕੀ ਨੂੰ ਗਵਾਹ ਕਰਕੇ ਅੰਦਰ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਜਦੋਂ ਮੈਂ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਉਸਨੇ ਮੈਨੂੰ ਧੱਕਾ ਮਾਰਿਆ ਅਤੇ ਸਤਨਾਮ ਸਿੰਘ ਵਿਅਕਤੀ ਨੂੰ ਧੱਕਾ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਅਸੀਂ ਪੁਲਿਸ ਨੂੰ ਬਿਆਨ ਕੀਤੇ, ਉਸਨੂੰ ਸਜ਼ਾ ਹੋਣੀ ਚਾਹੀਦੀ ਆ, ਇਹ ਬੇਨਕ ਸਾਡੀ ਲੜਕੀ। ਮੱਥਾ ਟੇਕਣ ਮੇਰੀ ਗੁੱਡੀ ਗਈ ਸੀ ਰੋਜੇ ਨੂੰ ਮੱਥਾ ਟੇਕ ਕੇ, ਨਿਆਣੇ ਬੱਚੇ ਆਏ ਸੀ ਨਾਲ, 14 ਸਾਲ ਦੀ ਮੇਰੀ ਲੜਕੀ ਆ, ਮੱਥਾ ਟੇਕ ਕੇ ਬੱਚੇ ਮੁੜ ਗਏ, ਕੁੜੀ ਨਹੀਂ ਲੱਭੀ, ਉਹ ਕੁੜੀ ਬੱਚੇ ਰੋਂਦੇ ਘਰ ਚਲ ਗਏ ਆ। ਜਾਂ ਰੋਂਦੇ ਘਰ ਚਲ ਗਏ ਬੱਚੇ ਤਾਂ ਉਹਦੀ ਮਾਤਾ ਅੱਧਾ ਘੰਟਾ ਬਾਅਦ ਉਸ ਕੁੜੀ ਨੂੰ ਦੇਖਣ ਆਈ ਆ ਅਤੇ ਕੁੜੀ ਨਹੀਂ ਕਿਤੇ ਲੱਭਦੀ। ਬੈਟਰੀ ਲੈ ਕੇ ਉਹ ਅੰਦਰ ਲੱਭਣ ਲੱਗੀ, ਜਦੋਂ ਅੰਦਰ ਲੱਭ ਰਹੀ ਨਾਲ ਇੱਕ ਮੁੰਡਾ ਉਹਨੇ ਹੋਰ ਲਿਆ, ਹਨੇਰਾ ਸੀ, ਹਨੇਰੇ ਦੇ ਵਿੱਚ ਲੱਭਦਿਆਂ ਜਦੋਂ ਲੱਭੇ ਤਾਂ ਅੰਦਰ ਸੀ। ਕੁੜੀ ਨੂੰ ਉਹਨੇ ਗਵਾਹ ਕੀਤਾ ਸੀ, ਗਲ ਦੇ ਵਿੱਚ ਕੱਪੜਾ ਪਾਇਆ ਸੀ, ਕੁੜੀ ਨੂੰ ਬੋਲਣ ਜੋਗਾ ਨਹੀਂ ਛੱਡਿਆ। ਉਹ ਜੀ ਆਪਣੇ ਚੰਦਾ ਉਹਨੇ ਕੀਤਾ ਸੀ ਜੀ, ਅਤੇ ਉਸ ਬੰਦੇ ਨੇ ਇਹਨਾਂ ਨੇ ਫਿਰ ਕੁੜੀ ਨੂੰ ਅੰਦਰੋਂ ਕੱਢਿਆ ਹਨੇਰੇ 'ਚੋਂ, ਮੁੰਡਾ ਭੱਜ ਗਿਆ ਧੱਕੇ ਮਾਰ ਕੇ ਜੀ। ਪਿੰਡ ਦਾ ਹੀ ਮੁੰਡਾ, ਵੀਰੋਪੁਰ ਦਾ ਹੀ ਹੈ ਜੀ, ਵੀਰੋਪੁਰ ਦਾ ਹੀ ਮੁੰਡਾ। ਉਹਦਾ ਨਾਂ ਪੱਪੂ ਆ ਜੀ, ਉਹਦੇ ਪੇ ਦੇ ਨਾਂ ਪੱਕਾ ਮੈਨੂੰ ਨਾਂ ਦਾ ਪਤਾ ਨਹੀਂ ਜੀ, ਠੀਕ ਹੈ ਨਾ ਜੀ। ਮੁੰਡੇ ਦਾ ਨਾਂ ਕੀ? ਮੁੰਡੇ ਨਾਲ ਚੰਦਨ ਹੈ ਜੀ। ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਜੀ ਉਹਨੂੰ ਸਜ਼ਾ ਚਾਹੁੰਦੇ ਹਾਂ, ਅਸੀਂ ਸਜ਼ਾ ਚਾਹੁੰਦੇ ਹਾਂ, ਸਾਡੀ ਜਿੱਦਾਂ ਇਸ ਨੂੰ ਹੱਥ ਪਾਇਆ ਸਾਡੇ ਬੱਚੇ ਦੀ, ਅਸੀਂ ਉਹਨੂੰ ਸਜ਼ਾ ਚਾਹੁੰਦੇ ਹਾਂ। ਪੁਰ ਕੇਸ ਦੇ ਵਿੱਚ ਹਰਪਾਲ ਕੌਰ ਪਤਨੀ ਬੱਖਰ ਸਿੰਘ ਨੇ SI ਰੰਜਨਾ ਕੁਮਾਰੀ ਪਾਸ ਆਪਣੇ ਬਿਆਨ ਦਰਜ ਕਰਵਾਏ ਸੀਗੇ ਕਿ ਉਸ ਲੜਕੀ ਜੋ 9ਵੀਂ ਕਲਾਸ ਦੇ ਵਿੱਚ ਪੜ੍ਹਦੀ, ਜਿਹਦੀ ਉਮਰ ਕਰੀਬ 14 ਸਾਲ, ਨਾਂ ਉਹਦਾ ਬਲਜੀਤ ਕੌਰ ਹੈ, ਪਿੰਡ ਦੇ ਇੱਕ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਸੀ ਅਤੇ ਮੱਥਾ ਟੇਕਣ ਦੇ ਦੌਰਾਨ ਹੀ ਪਿੰਡ ਦਾ ਹੀ ਇੱਕ ਚੰਦੂ ਲਾਲ ਨਾਂ ਦਾ ਲੜਕਾ ਹੈ ਜੋ ਉਹਨੂੰ ਮੌਕੇ ਤੋਂ ਮੱਥਾ ਟੇਕਦੇ ਨੂੰ ਖਿੱਚ ਕੇ ਨਾਲ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਉਸਨੇ ਕੀਤੀ ਹੈਗੀ ਆ, ਅਤੇ ਲੇਕਿਨ ਰੌਲਾ ਪੈਣ 'ਤੇ ਉਹ ਉੱਥੋਂ ਮੌਕੇ ਤੋਂ ਭੱਜ ਗਿਆ, ਜਿਸ 'ਤੇ ਸਬ ਇੰਸਪੈਕਟਰ ਨੇ ਮੌਕੇ 'ਤੇ ਜਾ ਕੇ ਪੂਰੀ ਛਾਣਬਾਣ ਕੀਤੀ ਹੈਗੀ। ਉਸ ਤੋਂ ਬਾਅਦ ਕੇਸ ਦੇ ਬਿਆਨ ਦੇ ਉੱਪਰ, ਜਿਸਦੀ ਮਾਤਾ ਦੇ ਬਿਆਨ 'ਤੇ ਪਰਚਾ ਕੇਸ ਰਜਿਸਟਰ ਕੀਤਾ ਹੈਗਾ, ਕੇਸ ਰਜਿਸਟਰ ਕਰਕੇ ਉਹਨੂੰ ਗੁਜਰ ਦੀ ਭਾਲ ਕੀਤੀ ਜਾ ਰਹੀ ਹੈਗੀ ਆ। ਲੜਕੀ ਦਾ ਮੈਡੀਕਲ ਲੀਗਲ ਐਗਜ਼ਾਮੀਨੇਸ਼ਨ ਵੀ ਕਰਵਾਇਆ ਗਿਆ ਹੈਗਾ ਅਤੇ ਹਰ ਇੱਕ ਸੰਭਵ ਆਪਣੇ ਐਫਰਟ ਕੀਤੀ ਜਾ ਰਹੀ ਹੈਗੀ ਆ ਲੜਕੇ ਨੂੰ ਛੇਤੀ ਤੋਂ ਛੇਤੀ ਅਕਿਊਜ਼ਡ ਜੋ ਹੈਗਾ ਉਹਨੂੰ ਅਰੈਸਟ ਕਰਨ ਦੇ। ਸਰ ਕਿਹੜੀ ਸੈਕਸ਼ਨ ਦੇ ਧਾਰਾ ਲੱਗੀ? ਇਹ 376, 511, 353 ਡੀ, ਪੋਕਸੋ ਐਕਟ ਵਗੈਰਾ ਦੇ ਵਿੱਚ ਇਹ ਪਰਚਾ ਦਿੱਤਾ ਗਿਆ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ 1 ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ। ਹਰ ਸਮੱਸਿਆ ਦਾ ਹੱਲ 101% ਗਰੰਟੀ ਦੇ ਨਾਲ ਕਰਾਂਗੇ। ਕਾਲੇ ਇਲਮ ਦਾ ਸਮਾਧਾਨ ਗਰੰਟੀ ਦੇ ਨਾਲ ਕਰਾਓ। ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 97 817 71 820।